ਅੱਜ ਜ਼ੀਰਾ ਚੌਂਕ ਵਿੱਚ ਬਲਰਾਜ ਸਿੰਘ ਫੇਰੋਕੇ ਪ੍ਰਧਾਨ ਜੌਨ ਜ਼ੀਰਾ ਦੀ ਅਗਵਾਈ ਵਿੱਚ G20 ਸੰਮੇਲਨ ਦਾ ਵਿਰੋਧ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਅਗਨ ਭੇਟ ਕੀਤਾ ਗਿਆ। ਆਓ ਵੇਖੀਏ ਪੂਰੀ ਰਿਪੋਰਟ। रुक जा एक मिनट यार। हेलो मोदी सरकार मुर्दाबाद 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 सरकार मुर्दाबाद 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 इस सम्मेलन बंद करो बंद करो बंद करो इस सम्मेलन नहीं होने देंगे डाके की राखी करांगे राखी करांगे राखी करांगे भारत सरकार मुर्दाबाद 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 किसानों का हिस्सा जिंदाबाद 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 किसान मजदूर की रक्षा में जिंदाबाद 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 मोदी सरकार पंजाब सरकार मुर्दाबाद 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 इस सम्मेलन बंद करो बंद करो बंद करो पंजाब सरकार मुर्दाबाद मुर्दाबाद अज असी पंजाब 18 थावां ते जी सम्मेलन जिहड़ा अमृतसर हो रहा उस विरोध पुतले फूक रहे हैं। उस सम्मेलन जिहड़ा पढ़ाई ते एजुकेशन ते पानियां ते ਅਤੇ ਖੇਤੀ ਦੇ ਪ੍ਰਬੰਧਾਂ ਨੂੰ ਮਿੱਟੀ ਪਲੀਤ ਕਰਨ ਵਾਸਤੇ ਕਰਵਾਇਆ ਜਾ ਰਿਹਾ ਉਹ ਕਿਸਾਨਾਂ ਦੇ ਅਤੇ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਨਹੀਂ ਗਾ। ਅਸੀਂ ਇਸ ਕਰਕੇ ਉਹਦਾ ਵਿਰੋਧ ਕਰਦੇ ਹਾਂ। ਇਸ ਕਰਕੇ ਅਸੀਂ ਪੰਜਾਬ ਦੇ 18 ਜ਼ਿਲ੍ਹਿਆਂ ਦੇ ਵਿੱਚ ਪੁਤਲਾ ਫੂਕ ਮੁਜ਼ਾਹਰਾ ਕਰਕੇ ਭਾਰਤ ਸਰਕਾਰ ਅਤੇ ਮੋਦੀ ਸਰਕਾਰ ਨੂੰ ਸਾਰਿਆਂ ਨੂੰ ਇਸ ਸੰਮੇਲਨ ਨੂੰ ਰੱਦ ਕਰਨ ਦੀ ਅਪੀਲ ਕਰਦਾ। ਮੈਂ ਬਲਰਾਜ ਸਿੰਘ ਫੇਰੋਕੇ ਸੰਘਰਸ਼ ਕਮੇਟੀ ਜ਼ੀਰੇ ਜੀ ਦਾ ਪ੍ਰਧਾਨ ਹਾਂ ਜੀ। ਜਿਹੜਾ ਇਹ ਜਿਹੜਾ ਸੰਮੇਲਨ ਹੋ ਰਿਹਾ ਇਹ ਬਹੁਤ ਹੀ ਘਾਤਕ ਹੈ। ਇਹ ਤਿੰਨਾਂ ਜਿਹੜੀ ਜਿਹੜੀ ਹੈਗਾ ਤਿੰਨਾਂ ਚੀਜ਼ਾਂ ਨੂੰ ਇਹ ਮਾਤ ਪਾਉਂਦਾ ਹੈ। ਕਿਵੇਂ ਸਾਡਾ ਪੜ੍ਹਾਈ ਹੋ ਗਿਆ, ਸਾਡੀ ਕਿਸਾਨੀ ਹੋ ਗਈ, ਸਾਡੇ ਪਾਣੀ ਦਾ ਡਾਕਾ ਬਹੁਤ ਤਕੜਾ ਹੈ, ਇਹ ਕਿਤੇ ਵੀ ਹੋਣ ਨਹੀਂ ਦੇਵਾਂਗੇ। ਇਸਦੇ ਵਿਰੋਧ ਵਿੱਚ ਅਸੀਂ ਅੱਜ ਜਿਹੜਾ ਭਾਰਤ ਸਰਕਾਰ ਦਾ ਮੋਦੀ ਸਰਕਾਰ ਦਾ ਪੁਤਲਾ ਫੂਕ ਰਹੇ ਹਾਂ। ਇਹਦੀਆਂ ਬੇਜੀਆਂ ਵਾਹਿਗੁਰੂ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਕੈਮਰਾਮੈਨ ਰਜਿੰਦਰ ਕੁਮਾਰ ਨਾਲ ਸੋਨੂੰ ਅਟਵਾਲ ਦੀ ਰਿਪੋਰਟ, ਪੰਜਾਬੀ ਐਕਟਿਵ ਟੀਵੀ ਮੱਲਾਵਾਲਾ।